ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਾਈਮ ਟਾਕ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਕੈਨੇਡਾ ਇੱਕ ਮੌਕਿਆਂ ਦਾ ਓਪਰਚੁਨਿਟੀ ਦਾ ਜਿਹੜਾ ਦੇਸ਼ ਹੈ, ਆਪਾਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹਾਂ ਚੰਗੀਆਂ ਸੁੱਖ ਸੁਵਿਧਾਵਾਂ ਵਾਸਤੇ, ਔਰ ਬਹੁਤ ਖੂਬਸੂਰਤ ਮੁਲਕ ਹੈ, ਲੇਕਿਨ ਇੱਥੇ ਆ ਕੇ ਵੀ ਸਾਡੀਆਂ ਜਿਹੜੀਆਂ ਕੁਝ ਸਮੱਸਿਆਵਾਂ ਹੁੰਦੀਆਂ ਨੇ, ਔਰ ਉਹਨਾਂ ਸਮੱਸਿਆਵਾਂ ਦਾ ਜਿਹੜਾ ਹੱਲ ਹੈ, ਅਸੀਂ ਵੋਟ ਪਾਉਂਦੇ ਹਾਂ ਔਰ ਆਪਣੇ ਐਮ ਪੀ ਔਰ ਆਪਣੇ ਐਮ ਪੀ ਪੀ ਚੁਣਦੇ ਹਾਂ, ਫਿਰ ਅਸੀਂ ਖੁੱਲ੍ਹਾ ਹੱਕ ਰੱਖਦੇ, ਸਾਡਾ ਰਾਈਟ ਬਣਦਾ ਕਿ ਅਸੀਂ ਉਹਨਾਂ ਨੂੰ ਸਵਾਲ ਕਰ ਸਕੀਏ। ਸੋ ਇੱਕ ਮੀਡੀਆ ਜਿਹੜਾ ਇੱਕ ਐਸਾ ਮਾਧਿਅਮ ਆ, ਕਈ ਵਾਰੀ ਲੋਕ ਸਿੱਧੇ ਤੌਰ 'ਤੇ ਆਪਣੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਨਹੀਂ ਮਿਲ ਸਕਦੇ, ਇਸ ਕਰਕੇ ਮੀਡੀਆ ਦਾ ਇੱਕ ਅਖਲਾਕੀ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੀ ਡਿਊਟੀਜ਼ ਜਿਹੜੀਆਂ ਨਿਭਾਈਏ, ਔਰ ਤੁਹਾਡੇ ਵੱਲੋਂ ਜਿਹੜੇ ਚੁਣੇ ਗਏ ਐਮ ਪੀ ਪੀ ਜਾਂ ਐਮ ਪੀ ਪੀ ਉਹਨਾਂ ਨੂੰ ਆਪਣੇ ਆਫਿਸ ਦੇ ਵਿੱਚ ਸੱਦੀਏ ਔਰ ਤੁਹਾਡੇ ਜਿਹੜੇ ਸਵਾਲ ਆ ਉਹ ਉਹਨਾਂ ਤੱਕ ਪਹੁੰਚਾਈਏ ਔਰ ਉਹਨਾਂ ਕੋਲ ਜਵਾਬ ਲਈਏ। ਸੋ ਬ੍ਰੈਂਪਟਨ ਸਪ੍ਰਿੰਗਡੇਲ ਹਲਕੇ ਤੋਂ ਐਮ ਪੀ ਪੀ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਹਰਿੰਦਰ ਮੱਲੀ ਜੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ। ਅੱਜ ਅਸੀਂ ਉਹਨਾਂ ਕੋਲੋਂ ਕੁਝ ਜਿਹੜੇ ਸਵਾਲ ਨੇ ਕਮਿਊਨਿਟੀ ਦੇ ਉਹਨਾਂ ਕੋਲ ਪੁੱਛਾਂਗੇ, ਸਾਡੇ ਨਾਲ ਹਾਜ਼ਰ ਨੇ ਪ੍ਰਾਈਮ ਏਸ਼ੀਆ ਦੇ ਸਟੂਡੀਓ ਦੇ ਵਿੱਚ। ਆਓ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਵੈਲਕਮ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਫਾਰ ਹੈਵਿੰਗ ਮੀ ਹੇਅਰ ਟੁਡੇ, ਇਟਸ ਅ ਪਲੇਜ਼ਰ ਟੂ ਬੀ ਹੇਅਰ ਟੂ ਟਾਕ ਅਬਾਊਟ ਸਮ ਆਫ ਦ ਗ੍ਰੇਟ ਵਰਕ ਦੈਟ ਆਰ ਗਵਰਨਮੈਂਟ ਇਜ਼ ਡੂਇੰਗ। ਜੀ, ਸਭ ਤੋਂ ਪਹਿਲਾਂ ਤਾਂ ਨਾ ਸਾਡੀ ਕਮਿਊਨਿਟੀ ਦੇ ਵਿੱਚ ਕੁਝ ਇਹੋ ਜਿਹੇ ਸੱਜਣ ਨੇ ਜਿਹੜੇ ਨਹੀਂ ਜਾਣਦੇ ਕਿ ਐਮ ਪੀ ਔਰ ਐਮ ਪੀ ਪੀ ਦਾ ਕੀ ਡਿਫਰੈਂਸ ਹੁੰਦਾ, ਕੀ ਫਰਕ ਹੁੰਦਾ, ਉਹਨਾਂ ਦੀਆਂ ਕੀ ਡਿਊਟੀਜ਼ ਹੁੰਦੀਆਂ ਵੱਖੋ ਵੱਖਰੀਆਂ। ਸੋ ਜਿਹੜੇ ਐਮ ਪੀ ਹੁੰਦੇ ਆ ਉਹ ਮੈਂਬਰ ਆਫ ਪਾਰਲੀਮੈਂਟ ਹੁੰਦੇ ਆ, ਫੈਡਰਲ ਲੈਵਲ 'ਤੇ ਹੁੰਦੇ ਆ, ਜਿਸ ਤਰ੍ਹਾਂ ਪੂਰੇ ਕੰਟਰੀ ਦੀ ਸਰਕਾਰ ਹੁੰਦੀ ਹੈ। ਜਿਹੜੇ ਐਮ ਪੀਜ਼ ਹੁੰਦੇ, ਐਮ ਪੀ ਪੀਜ਼ ਹੁੰਦੇ ਆ, ਉਹਨਾਂ ਨੂੰ ਐਮ ਐਲ ਏ ਵੀ ਕਿਹਾ ਜਾਂਦਾ ਹੈ ਕਿ ਪ੍ਰੋਵਿੰਸਿਸ ਦੇ ਵਿੱਚ, ਅਤੇ ਇੰਡੀਆ ਦੇ ਵਿੱਚ ਵੀ ਐਮ ਐਲ ਏ ਕਹਿੰਦੇ ਆ, ਜਾਣੀ ਕਿ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਹੈ। ਉਹਦੇ ਵਿੱਚ ਜਿਹੜੀਆਂ ਸੂਬੇ ਦੀ ਸਰਕਾਰ ਥੱਲੇ ਜ਼ਿੰਮੇਵਾਰੀਆਂ ਆਉਂਦੀਆਂ ਆ, ਉਹ ਹੈਲਥ ਕੇਅਰ, ਐਜੂਕੇਸ਼ਨ, ਅਤੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਜਿਹੜੀਆਂ ਖਾਸ ਜ਼ਿੰਮੇਵਾਰੀਆਂ ਐਜੂਕੇਸ਼ਨ ਅਤੇ ਹੈਲਥ ਕੇਅਰ ਹੀ ਹੈ, ਵੈਦਰ ਇਟ ਬੀ ਪ੍ਰਾਇਮਰੀ ਐਜੂਕੇਸ਼ਨ ਔਰ ਪੋਸਟ ਸੈਕੰਡਰੀ ਐਜੂਕੇਸ਼ਨ, ਅਤੇ ਨਾਲ ਨਾਲ ਟਰਾਂਸਪੋਰਟੇਸ਼ਨ ਵੀ ਸਾਡੇ ਥੱਲੇ ਆਉਂਦੀ ਆ, ਇਹੋ ਜਿਹੇ ਕਈ ਸਾਰੇ ਹੈਲਥ ਦੇ। ਹਾਂਜੀ ਜੀ, ਸਭ ਤੋਂ ਅਗਲਾ ਕੁਐਸਚਨ ਕਰਨ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿੰਦਾ, ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੋ। ਥੈਂਕ ਯੂ ਸੋ ਮਚ ਜੀ। ਸਭ ਤੋਂ ਪਹਿਲਾਂ ਆਪਾਂ ਹੈਲਥ ਸਰਵਿਸਿਜ਼ ਦੀ ਗੱਲ ਕਰੀਏ, ਇਹ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਜਿਹੜਾ ਇਸ਼ੂ ਆ, ਖਾਸ ਤੌਰ 'ਤੇ ਤੁਸੀਂ ਬ੍ਰੈਂਪਟਨ ਸਪ੍ਰਿੰਗਡੇਲ ਤੋਂ ਚੁਣੇ ਗਏ ਹੋ, ਬ੍ਰੈਂਪਟਨ ਦਾ ਜਿਹੜਾ ਬ੍ਰੈਂਪਟਨ ਸਿਵਿਕ ਹੋਸਪਿਟਲ ਹੈ, ਇਹ ਕੁਐਸਚਨ ਤੁਹਾਨੂੰ ਬਾਰ ਬਾਰ ਕੀਤਾ ਜਾਂਦਾ ਹੋਏਗਾ, ਮੈਂ ਵੀ ਦੁਬਾਰਾ ਕਰਦਾ ਹੈ ਕਿ ਜਿਹੜਾ ਉੱਥੇ ਉਡੀਕ ਆ, ਵੇਟ ਬਹੁਤ ਹੈ, ਜਦੋਂ ਬੰਦਾ ਜਾਂਦਾ ਬਿਮਾਰ ਹੁੰਦਾ ਤਾਂ ਉਹਨੂੰ ਤਕਲੀਫ ਪਹਿਲਾਂ ਹੀ ਬਹੁਤ ਹੁੰਦੀ ਹੈ, 6-7 ਘੰਟੇ ਲੰਬੀ ਉਡੀਕ ਹੈ, ਇਹਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ ਜੀ। ਸਾਡੀ ਪੂਰੀ ਕੋਸ਼ਿਸ਼ ਰਹੀ ਹੈ ਵੀ ਇਹਦਾ ਅਸੀਂ ਹੱਲ ਕੱਢੀਏ। ਪਿਛਲੇ ਕੁਝ ਦਿਨਾਂ ਦੇ ਵਿੱਚ, ਪਿਛਲੇ ਐਕਚੁਲੀ ਦੀ ਐਂਡ ਆਫ ਲਾਸਟ ਈਅਰ, ਜਿਹੜੇ ਸਾਡੇ ਮਿਨਿਸਟਰ ਹੈਲਥ ਆ ਦੀ ਆਨਰੇਬਲ ਡਾਕਟਰ ਏਰਿਕ ਹੋਸਕਿੰਸ, ਉਹ ਸਾਡੇ ਇੱਥੇ ਬ੍ਰੈਂਪਟਨ ਵਿੱਚ ਆਏ ਸੀ ਇਹ ਅਨਾਊਂਸ ਕਰਨ ਦੇ ਲਈ ਵੀ ਜਿਹੜਾ ਪੀਓ ਮੈਮੋਰੀਅਲ ਵਾਲੀ ਸਾਈਟ ਦੁਆਰਾ ਬਣਾਈ ਗਈ ਸੀ ਉਹਦਾ ਜਿਹੜਾ ਨੈਕਸਟ ਫੇਜ਼ ਆ ਉਹਨੂੰ ਅਸੀਂ ਜਲਦੀ ਬਣਾਵਾਂਗੇ ਬਿਕਾਜ਼ ਸਾਨੂੰ ਲੋੜ ਆ। ਜੇ ਉਹਦੇ ਜਲਦੀ ਬਣਨ ਦੇ ਨਾਲ ਇੱਕ ਆਲਮੋਸਟ ਸਮਾਲ ਸਾਈਜ਼ ਟੂ ਮਿਡ ਸਾਈਜ਼ ਹੋਸਪਿਟਲ ਬਣੂਗਾ ਜਿੱਥੇ ਆਲਮੋਸਟ 100 ਬੈਡਸ ਹੋਣਗੇ, ਉਹ ਜਿਹੜਾ ਪ੍ਰੋਸੈਸ ਅਸੀਂ ਸ਼ੁਰੂ ਕਰਤਾ ਹੈ ਬਿਕਾਜ਼ ਸਮਝਦੇ ਹਾਂ ਵੀ ਬ੍ਰੈਂਪਟਨ ਦੀ ਜਿਹੜੀ ਵਾਦੀ ਆ ਉਹ ਬਹੁਤ ਜਲਦੀ ਵੱਧ ਰਹੀ ਆ, ਅਤੇ ਵਾਦੀ ਦੇ ਨਾਲ ਨਾਲ ਸਾਨੂੰ ਜਿਹੜੀਆਂ ਸਰਵਿਸਿਜ਼ ਵੀ ਪ੍ਰੋਵਾਈਡ ਕਰਨੀਆਂ ਪੈਂਦੀਆਂ। ਇਹਦੇ ਨਾਲ ਹੀ ਅਸੀਂ ਪਹਿਲਾਂ ਜਿਹੜੇ ਬ੍ਰੈਂਪਟਨ ਸਿਵਿਕ ਵਿੱਚ ਬੈਡ ਸੀਗੇ ਪੂਰੇ ਨਹੀਂ ਖੁੱਲ੍ਹੇ ਸੀ, ਅੱਜ ਅਸੀਂ ਇਹ ਕਹਿ ਸਕਦੇ ਹਾਂ ਵੀ ਬ੍ਰੈਂਪਟਨ ਸਿਵਿਕ ਵਿੱਚ ਜਿੰਨੇ ਬੈਡਸ ਆ ਉਹ ਸਾਰੇ ਖੁੱਲ੍ਹ ਚੁੱਕੇ ਆ। ਉਹਦੇ ਨਾਲ ਨਾਲ ਹੀ ਸਾਡੇ ਮਿਨਿਸਟਰ ਨੇ ਇਹ ਅਨਾਊਂਸ ਕੀਤਾ ਸੀ 36 ਐਡੀਸ਼ਨਲ ਬੈਡਸ ਦੀ ਵੀ ਫੰਡਿੰਗ ਦਿੱਤੀ ਗਈ ਆ, ਜਿਹੜੇ ਦੋ ਆਪਰੇਟਿੰਗ ਰੂਮ ਆ ਉਹ ਖੁੱਲ੍ਹੇ ਆ ਪਿਛਲੇ 3 ਸਾਲਾਂ ਦੇ ਵਿੱਚ, ਅਤੇ ਨਾਲ ਦੀ ਨਾਲ ਅਸੀਂ ਇਹਨਾਂ ਨੂੰ ਸਪੈਸ਼ਲ ਫੰਡਿੰਗ ਵੀ ਦਿੱਤੀ ਗਈ ਹੈ, ਐਡੀਸ਼ਨਲ ਫੰਡਿੰਗ ਟੂ ਇਨਸ਼ੋਰ ਦੈਟ ਦੇ ਆਰ ਆਫਰਿੰਗ ਦ ਬੈਸਟ ਪੋਸੀਬਲ ਸਰਵਿਸਿਸ। ਬਾਕੀ ਹਰ ਸਾਲ ਹੋਸਪਿਟਲਸ ਨੂੰ ਸਾਡੇ ਹਰ ਬਜਟ ਦੇ ਵਿੱਚ ਜਿਹੜੀਆਂ ਇਨਕਰੀਸਿਸ ਆਉਂਦੀਆਂ ਗਈਆਂ ਆ, ਕਿਤੇ 1%, ਕਿਤੇ 3% ਉਹਨਾਂ ਦੀ ਬੇਸ ਫੰਡਿੰਗ ਦੇ ਵਿੱਚ, ਬ੍ਰੈਂਪਟਨ ਸਿਵਿਕ ਨੂੰ ਉਸ ਤੋਂ ਵੀ ਉੱਤੇ ਵੱਧ ਕੇ ਹੋਸਪਿਟਲ ਦੀ ਫੰਡਿੰਗ ਦਿੱਤੀ ਗਈ ਆ, ਅਤੇ ਨਾਲ ਨਾਲ ਜਿਹੜੀ ਸੈਕਿੰਡ ਫੈਸਿਲਿਟੀ ਉਹ ਵੀ ਖੋਲ੍ਹੀ ਗਈ, ਉੱਥੇ ਇੱਕ ਅਰਜੈਂਟ ਕੇਅਰ ਸੈਂਟਰ ਹੈਗਾ ਆ, ਅਤੇ ਹੁਣ ਅਸੀਂ ਉਹਨੂੰ ਵੀ ਅੱਗੇ ਵਧਾ ਕੇ ਇੱਕ ਹੋਸਪਿਟਲ ਬਣਾਉਣ ਦੀ ਤਿਆਰੀ ਦੇ ਵਿੱਚ ਆ। ਇਹ ਜਿਹੜਾ ਨਿਊ ਹੋਸਪਿਟਲ ਜਿਹੜਾ ਪਹਿਲਾਂ ਬੰਦ ਹੋ ਗਿਆ ਸੀ, ਹੁਣ ਕੋਈ ਇਹਦਾ ਹੈਗੀ ਡੈਡਲਾਈਨ ਕਦੋਂ ਤੱਕ ਖੁੱਲ ਜਾਏਗਾ? ਰਾਈਟ ਨਾਓ ਵੀ ਆਰ ਜਸਟ ਇਨ ਦ ਪਲੈਨਿੰਗ ਪ੍ਰੋਸੈਸ ਐਂਡ ਵੀ ਆਰ ਵਰਕਿੰਗ ਟੁਵਰਡਸ ਗੈਟਿੰਗ ਦੇਅਰ, ਬਟ ਆਰ ਮਿਨਿਸਟਰ ਡਿਡ ਅਨਾਊਂਸ ਦੈਟ ਵੀ ਵਿਲ ਬੀ ਐਕਸਪੈਡਾਈਟਿੰਗ ਦ ਨੈਕਸਟ ਫੇਜ਼ ਆਫ ਪਿਓ ਮੈਮੋਰੀਅਲ। ਓਕੇ, ਇੱਕ ਕੁਐਸਚਨ ਮੈਂ ਹੋਰ ਕਰਨਾ ਚਾਹੁੰਦਾ, ਕਿਉਂਕਿ ਇਹ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਆ ਕਿ ਜਿਹੜੀ ਗੌਰਮੈਂਟ ਹੈ, ਅੰਟਾਰੀਓ ਗੌਰਮੈਂਟ, ਉਹਨੇ ਜਿਹੜੇ ਮਿਨੀਮਮ ਵੇਜਿਸ ਹੈਗੇ ਨੇ ਉਹ $14 ਕਰ ਦਿੱਤੇ ਨੇ, ਸੁਣ ਦੇ ਵਿੱਚ ਆਇਆ 2019 ਦੇ ਵਿੱਚ 15 ਹੋ ਜਾਣਗੇ। ਇਹ ਇਹ ਇਸ ਚੀਜ਼ ਨੂੰ ਲੈ ਕੇ ਕਈਆਂ ਦੇ ਵਿੱਚ ਬੜੀ ਖੁਸ਼ੀ ਵੀ ਪਾਈ ਜਾ ਰਹੀ ਹੈ, ਜਿਹੜੇ ਸਮਾਲ ਬਿਜ਼ਨਸ ਆ ਉਹ ਕਹਿੰਦੇ ਪਏ ਨੇ ਕਿ ਵੀ ਇਹਦੇ ਨਾਲ ਜਿਹੜਾ ਸਾਨੂੰ ਨੁਕਸਾਨ ਹੋਏਗਾ। ਸੋ ਤੁਸੀਂ ਇਹਦੇ ਬਾਰੇ ਤੁਹਾਡੇ ਕੀ ਰਿਵਿਊਜ਼ ਨੇ? ਮੈਂ ਇਹੀ ਕਹੂੰਗੀ ਵੀ ਜਦੋਂ ਸਾਡੀ ਗਵਰਨਮੈਂਟ ਇੱਕ ਫੇਅਰ ਅਤੇ ਐਕੁਇਟੇਬਲ ਸੁਸਾਇਟੀ ਬਣਾਉਣ ਦੀ ਕੋਸ਼ਿਸ਼ ਕਰਦੀ ਆ, ਦੇਖੋ ਆਪਾਂ ਸਾਰੇ ਇਮੀਗ੍ਰੈਂਟ ਫੈਮਿਲੀਜ਼ ਤੋਂ ਅਤੇ ਇਸ ਦੇਸ਼ ਦੇ ਇਸ ਮੁਲਕ ਵਿੱਚ ਤਾਂ ਆਏ ਹਾਂ ਬਿਕਾਜ਼ ਵੀ ਵਾਂਟ ਟੂ ਬੀ ਏਬਲ ਟੂ ਪ੍ਰੋਵਾਈਡ ਅ ਬੈਟਰ ਲਾਈਫ ਫਾਰ ਆਰ ਫੈਮਿਲੀਜ਼, ਪਰ ਜੇ ਸਾਡੇ ਕੋਲ ਉਹ ਮੌਕਾ ਨਹੀਂਗਾ, ਸਾਡੇ ਕੋਲ ਅਸੀਂ ਪਾਵਰਟੀ ਲਾਈਨ ਦੇ ਥੱਲੇ ਰਹਿ
ਸਾਨੂੰ ਇਹ ਦੇਖਣਾ ਪੈਣਾ ਸੀ ਵੀ ਸਾਰੇ ਜ਼ਿਆਦਾ ਫਾਇਦਾ ਕਿੱਥੇ ਹੁੰਦਾ ਹੈ ਅਤੇ ਜ਼ਿਆਦਾ ਫਾਇਦਾ ਇੱਥੇ ਹੀ ਹੁੰਦਾ ਆ ਵੀ ਆਪਾਂ ਸਾਰੀ ਸੁਸਾਇਟੀ ਨੂੰ ਇੱਕ ਲੈਵਲ 'ਤੇ ਲੈ ਕੇ ਆਈਏ। ਸਾਡੀ ਸਰਕਾਰ ਨੇ ਜੋ ਕੀਤਾ ਆ ਸਿਰਫ ਮਿਨੀਮਮ ਵੇਜ ਨਹੀਂ ਵਧਾਈ, ਅਸੀਂ ਹਰ ਤਰੀਕੇ ਦੇ ਹਿਸਾਬ ਨਾਲ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਬੰਦੇ ਨੂੰ ਇਕੁਅਲ ਓਪਰਚੁਨਿਟੀ ਦਿੱਤੀ ਜਾਵੇ। ਜਿਸ ਤਰ੍ਹਾਂ ਆਪਾਂ ਦੇਖੀਏ January 1st ਤੋਂ ਸਿਰਫ ਮਿਨੀਮਮ ਵੇਜ ਨਹੀਂ ਵਧਾਈ ਗਈ, ਇਹ ਵੀ ਕਿਹਾ ਗਿਆ ਵੀ ਜਿੰਨੇ ਬੱਚੇ 25 ਸਾਲ ਤੋਂ ਥੱਲੇ ਉਮਰ ਦੇ ਆ ਉਹਨਾਂ ਨੂੰ ਆਪਣੇ ਹੈਲਥ ਕਾਰਡ ਦੇ ਨਾਲ ਮੈਡੀਕੇਸ਼ਨ ਫ੍ਰੀ ਮਿਲੂਗੀ। ਇਟਸ ਅਨਦਰ ਵੇ ਟੂ ਮੇਕ ਲਾਈਫ ਮੋਰ ਅਫੋਰਡੇਬਲ ਫੋਰ ਆਨਟੇਰੀਅਨਸ। ਜੇ ਦੇਖਿਆ ਜਾਏ ਹਾਈਡਰੋ ਬਿਲਸ ਅਸੀਂ ਘਟਾਏ ਆ ਟੂ ਮੇਕ ਲਾਈਫ ਈਜ਼ੀਅਰ ਫੋਰ ਆਨਟੇਰੀਅਨਸ। ਦਿਸ ਇਜ਼ ਸੋ ਜਿਹੜੀ ਸਾਡੀ ਅਪਰੋਚ ਆ ਉਹ ਸਿਰਫ ਮਿਨੀਮਮ ਵੇਜ 'ਤੇ ਫੋਕਸ ਨਹੀਂ ਸੀ, ਉਹ ਕਈ ਡਿਫਰੈਂਟ ਫੋਕਸਿਸ ਅਸੀਂ ਲੈ ਕੇ ਅੱਗੇ ਵਧੇ ਸੀਗੇ। ਇਹਦੇ ਨਾਲ ਅਸੀਂ ਇਹ ਵੀ ਚਾਹੁੰਦੇ ਸੀ ਵੀ ਹਰ ਬੱਚੇ ਨੂੰ ਇੱਕ ਇਕੁਅਲ ਓਪਰਚੁਨਿਟੀ ਮਿਲੇ ਵੀ ਉਹ ਪੋਸਟ ਸੈਕੰਡਰੀ ਐਜੂਕੇਸ਼ਨ ਜਿਹੜੀ ਉਹ ਪਰਸੂ ਕਰ ਸਕੇ। ਇਹ ਕੋਈ ਬੱਚਾ ਪਿੱਛੇ ਨਾ ਰਹੇ ਇਹ ਸੋਚ ਕੇ ਵੀ ਮੇਰੇ ਮਾਂ ਪਿਓ ਕੋਲ ਪੈਸਾ ਹੈ ਨਹੀਂ, ਕਿ ਮੈਂ ਅੱਗੇ ਕਿੱਦਾਂ ਵਧੂਗਾ ਅਤੇ ਹਾਈ ਸਕੂਲ ਤੋਂ ਬਾਅਦ ਮੈਂ ਨਹੀਂ ਪੋਸਟ ਸੈਕੰਡਰੀ ਐਜੂਕੇਸ਼ਨ ਆ ਜਿਹੜੀ ਉਹ ਆਈ ਕੈਨਟ ਡੂ ਇਟ। ਸੋ ਵਟ ਵੀ ਡਿਡ ਵਾਜ਼ ਅਸੀਂ ਜਿੰਨੇ ਸਾਡੇ ਲੋਅ ਇਨਕਮ ਫੈਮਲੀਜ਼ ਆ ਉਹਨਾਂ ਲਈ ਫ੍ਰੀ ਟਿਊਸ਼ਨ ਪ੍ਰੋਵਾਈਡ ਕੀਤੀ ਆ। ਵੀ ਨੀਡ ਟੂ ਵਰਕ ਟੂਗੈਦਰ ਟੂ ਇਨਸ਼ੋਰ ਦੈਟ ਵੀ ਆਰ ਲਿਵਿੰਗ ਇਨ ਅ ਫੇਅਰ ਵਰਲਡ ਸੋ ਦੈਟ ਐਵਰੀਬਡੀ ਹੈਜ਼ ਐਕਸੈਸ ਟੂ ਮੈਡੀਕੇਸ਼ਨ, ਐਵਰੀਬਡੀ ਹੈਜ਼ ਐਕਸੈਸ ਟੂ ਐਜੂਕੇਸ਼ਨ। ਦਿਸ ਇਜ਼ ਫੋਰ ਦ ਬੈਟਰਮੈਂਟ ਆਫ ਆਰ ਪ੍ਰੋਵਿੰਸ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਜੇ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਸਾਡੀ ਜਿਹੜੀ ਵਰਕਫੋਰਸ ਆ ਉਹ ਐਜੂਕੇਟਡ ਹੋਊਗੀ, ਉਹਦੇ ਨਾਲ ਨਾਲ ਹੀ ਸਾਡੇ ਐਜੂਕੇਟਡ ਵਰਕਫੋਰਸ ਦੇ ਨਾਲ ਵੀਲ ਹੈਵ ਅ ਬੈਟਰ ਇਕਾਨਮੀ, ਅ ਸਟਰੋਂਗਰ ਇਕਾਨਮੀ। ਸੋ ਵੀ ਆਰ ਡੂਇੰਗ ਥਿੰਗਸ ਦੈਟ ਵਿਲ ਬੈਨੀਫਿਟ ਓਨਟੇਰੀਓ ਐਂਡ ਓਨਟੇਰੀਅਨਸ ਇਨ ਦ ਲੌਂਗ ਰਨ। ਸੋ ਸਮਟਾਈਮਸ ਜਿਹੜੇ ਰਿਜ਼ਲਟਸ ਆ ਉਹ ਦੇਖਣ ਨੂੰ ਦੇਰ ਲੱਗ ਜਾਂਦੀ ਆ। ਸਿਰਫ ਅਸੀਂ ਇਹ ਨਹੀਂ ਕਰ ਰਹੇ ਪਰ ਅਸੀਂ ਫਿਸਕਲੀ ਰਿਸਪੋਂਸਿਬਲ ਰਹਿ ਕੇ ਕਰ ਰਹੇ ਹਾਂ। ਇਸ ਸਾਲ ਸਾਡੀ ਕੋਈ ਡੈਫਿਸਿਟ ਨਹੀਂ ਸੀਗਾ, ਅਸੀਂ ਕੋਸ਼ਿਸ਼ ਕਰ ਰਹੇ ਵੀ ਜ਼ੀਰੋ ਡੈਫਿਸਿਟ ਬਜਟਸ ਅੱਗੇ ਲਿਆਉਂਦੇ ਜਾਣ ਸੋ ਦੈਟ ਵੀ ਕੈਨ ਰੀਇਨਵੈਸਟ। ਪਹਿਲਾਂ ਸਾਡੇ ਡੈਫਿਸਿਟਸ ਆਉਂਦੇ ਸੀ, ਨਾਓ ਵੀ ਹੈਵ ਅ ਬੈਲੈਂਸਡ ਬਜਟ ਐਂਡ ਦੈਟਸ ਵਾਈ ਵੀ ਆਰ ਏਬਲ ਟੂ ਮੇਕ ਦੀਸ ਇਨਵੈਸਟਮੈਂਟਸ। ਵੀ ਹੈਡ ਟੂ ਮੇਕ ਡਿਫਿਕਲਟ ਡਿਸੀਜਨਸ ਇਨ ਦ ਫਰਸਟ 2 years ਇਨ ਆਰਡਰ ਟੂ balance the budget, balance the books, balance the budget. Now we're moving forward with the key investments that we need to make to build a better society. ਗੱਲ ਤੇ ਐਕਚੁਅਲੀ ਮੈਂ ਇਹਦੇ ਮਿਨੀਮਮ ਵੇਜਸ ਬਾਰੇ ਮੇਰੇ ਮਨ ਦੇ ਵਿੱਚ ਇੱਕ ਹੋਰ ਸਵਾਲ ਹੈਗਾ, ਉਹ ਵੀ ਕਰਾਂਗੇ, ਲੇਕਿਨ ਸਮਾਂ ਜਿਹੜਾ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਗਿਆ, ਸੋ ਇਸ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਕੋਲ ਅਗਲਾ ਸਵਾਲ ਜਿਹੜਾ ਕਰਦੇ ਹਾਂ ਜੀ। ਸੋ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਰਿੰਦਰ ਮਲੀ ਦੇ ਨਾਲ ਅਗਲਾ ਸਵਾਲ ਕਰਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਪ੍ਰਾਈਮ ਟਾਕ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਅੱਜ ਸਾਡੇ ਨਾਲ ਬ੍ਰੈਂਪਟਨ ਸਪ੍ਰਿੰਗਡੇਲ ਹਲਕੇ ਤੋਂ MPP ਹਰਿੰਦਰ ਮੱਲੀ ਹੁਣੀ ਪਹੁੰਚੇ ਹੋਏ ਨੇ। ਆਓ ਜੀ ਉਹਨਾਂ ਨਾਲ ਅਗਲੀ ਗੱਲਬਾਤ ਕਰਦੇ ਹਾਂ। ਆਪਾਂ ਮਿਨੀਮਮ ਵੇਜਸ ਦੀ ਗੱਲ ਕਰ ਰਹੇ ਸੀ ਤਾਂ ਬੜਾ ਖੂਬਸੂਰਤ ਜਿਹੜਾ ਜਵਾਬ ਦਿੱਤਾ, ਲੇਕਿਨ ਉਹਦੇ ਪਿੱਛੇ ਨਾਲ ਦੀ ਨਾਲ ਹੋਰ ਗੱਲਾਂ ਵੀ ਆ। ਮਹਿੰਗਾਈ ਜਿਹੜੀ ਆ ਬਹੁਤ ਵੱਧ ਰਹੀ ਹੈ, ਗੈਸ ਦੀਆਂ ਪ੍ਰਾਈਸਿਸ, ਗਰੋਸਰੀਜ਼ ਦੀਆਂ ਪ੍ਰਾਈਸਿਸ, ਤੁਸੀਂ ਇਹ ਦੇਖੋ ਕੌਫੀ ਦੇ ਰੇਟ ਵੀ ਜਿਹੜੇ ਉਹ ਚੱਕੇ ਜਾ ਰਹੇ ਨੇ। ਦੂਸਰੇ ਪਾਸੇ ਕਾਫੀ ਬਿਜ਼ਨਸ ਦੇ ਵਿੱਚ ਇੱਦਾਂ ਹੋ ਰਿਹਾ ਕਿ ਉਹਨਾਂ ਨੇ ਬ੍ਰੇਕ ਦੇਣੀ ਆ ਜਿਹੜੀ ਉਹ ਬੰਦ ਕਰ ਦਿੱਤੀ, ਕਹਿੰਦੇ ਵੀ ਉਹ ਬ੍ਰੇਕ ਜਿਹੜੀ ਆ ਉਹਦੇ ਵਿੱਚ ਤੁਹਾਨੂੰ ਪੇ ਨਹੀਂ ਕੀਤਾ ਜਾਏਗਾ। ਇੱਕ ਤਾਂ ਇਹ ਗੱਲ ਹੋ ਗਈ, ਕੁਐਸਚਨ ਇਹ ਆ। ਸੈਕਿੰਡ ਕੁਐਸਚਨ ਇਹ ਆ ਕਿ ਤੁਸੀਂ ਕਹਿੰਦੇ ਹੋ ਜਿਹੜੇ ਲੋਅ ਇਨਕਮ ਫੈਮਲੀਜ਼ ਹੈਗੀਆਂ ਨੇ, ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ, ਉਹਨਾਂ ਕੋਲ ਜੋਬਸ ਘੱਟ ਨੇ ਔਰ ਉਹ ਫਿਰ ਉਹ ਏਜੰਸੀਜ਼ ਦੇ ਵਿੱਚ ਜਾਂਦੇ ਨੇ ਔਰ ਏਜੰਸੀਜ਼ ਐਕਸਪਲਾਇਟ ਕਰ ਰਹੀਆਂ ਨੇ ਬਾਹਰੋਂ। ਸਪੋਜ਼ ਕਰੋ 25 ਲੈ ਰਹੀਆਂ ਨੇ, 17 ਦੇ ਰਹੀਆਂ ਨੇ, 18 ਲੈ ਰਹੀਆਂ ਨੇ ਅਤੇ 12 ਦੇ ਰਹੀਆਂ ਨੇ, ਇਹਦੇ ਬਾਰੇ ਕੀ ਹੋਏਗਾ? ਜਿਹੜੇ ਮਿਨੀਮਮ ਵੇਜਸ ਦੇ ਚੇਂਜਸ ਸੀਗੇ ਉਹਦੇ ਨਾਲ ਨਾਲ ਹੀ ਜਿਹੜੀ ਇੰਪਲੋਇਮੈਂਟ ਸਟੈਂਡਰਡਸ ਐਕਟ ਆ ਸਾਡੀ, 25 ਸਾਲਾਂ ਬਾਅਦ ਉਹਦੇ ਵਿੱਚ ਇਹੋ ਜਿਹੇ ਤਕਦੀਲੀਆਂ ਲਿਆਂਦੀਆਂ ਗਈਆਂ ਆ ਸੋ ਦੈਟ ਪੀਪਲ ਵੋਂਟ ਬੀ ਐਕਸਪਲੋਇਟਡ ਵੈਨ ਦੇ ਗੋ ਟੂ ਵਰਕ। ਸੋ ਪੀਪਲ ਹੈਵ ਇਕੁਅਲ ਰਾਈਟਸ, ਸਕੈਡਿਊਲਿੰਗ ਰਾਈਟਸ, ਐਡੀਸ਼ਨਲ ਟਾਈਮ ਆਫ, ਵੇਕੇਸ਼ਨ ਟਾਈਮ, ਪਰਸਨਲ ਡੇਜ਼, ਇਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਰੀਐਗਜ਼ਾਮਿਨ ਕੀਤੀਆਂ, ਬਿਕੋਜ਼ ਜਿਹੜੀ ਵਰਕਫੋਰਸ ਆ ਉਹ ਪਿਛਲੇ 25 ਸਾਲਾਂ 'ਚ ਬਹੁਤ ਬਦਲ ਗਈ ਆ ਅਤੇ ਸਾਨੂੰ ਇਹ ਜ਼ਰੂਰਤ ਸੀਗੀ। ਇਹਦੇ ਨਾਲ ਨਾਲ ਹੀ ਇਸ ਤੋਂ ਪਹਿਲਾਂ ਵੀ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿਲ ਲਿਆਂਦਾ ਸੀਗਾ ਅੱਗੇ ਏਜੰਸੀਜ਼ ਦੇ ਬਾਰੇ ਵੀ ਜਿਹੜੀ ਐਕਸਪਲੋਟੇਸ਼ਨ ਚੱਲਦੀ ਹੈ ਉਹ ਨਹੀਂ ਹੋਣੀ ਚਾਹੀਦੀ, ਇਟਸ ਨਾਟ ਫੇਅਰ ਐਂਡ ਵੀ ਵਾਂਟ ਟੂ ਮੇਕ ਇਟ ਫੇਅਰ ਫੋਰ ਐਵਰੀਬਾਡੀ। ਸੋ ਸਾਡੀ ਕੋਸ਼ਿਸ਼ ਇਹੀ ਰਹੀ ਹੈ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈ ਜਿਨ੍ਹਾਂ 'ਤੇ ਆਪਾਂ ਵੀ ਕੈਨ ਟਾਕ ਫੋਰ ਐਨ ਆਵਰ ਅਲੋਨ ਔਨ ਦੋਸ ਥਿੰਗਸ, ਬਟ ਵੀ ਡਿਡ ਮੇਕ ਇੰਪਰੂਵਮੈਂਟਸ ਟੂ ਦੀ ਇੰਪਲੋਇਮੈਂਟ ਸਟੈਂਡਰਡਸ ਐਕਟ ਸੋ ਦੈਟ ਵੀ ਆਰ ਪ੍ਰੋਵਾਈਡਿੰਗ ਅ ਬੈਟਰ ਵਰਕ ਇਨਵਾਇਰਮੈਂਟ ਫੋਰ ਐਵਰੀਬਾਡੀ।
ਜੀ ਔਰ ਚਾਈਲਡ ਕੇਅਰ ਬਾਰੇ ਥੋੜ੍ਹਾ ਜਿਹਾ ਦੱਸੋ, ਚਾਈਲਡ ਕੇਅਰ ਬਾਰੇ ਤੁਹਾਡੀ ਸਰਕਾਰ ਕੀ ਕਰ ਰਹੀ ਹੈ? ਸਾਡੇ ਜਿਹੜੇ ਸਰਕਾਰ ਨੇ ਚਾਈਲਡ ਕੇਅਰ ਦੇ ਐਡੀਸ਼ਨਲ ਚਾਈਲਡ ਕੇਅਰ ਸਪੋਟਸ ਅਵੇਲੇਬਲ ਕੀਤੇ ਨੇ, ਉਹਦੇ ਨਾਲ ਨਾਲ ਹੀ ਇਸ ਤੋਂ ਪਹਿਲਾਂ ਜਿਹੜਾ ਫੁੱਲ ਡੇ ਕਿੰਡਰਗਾਰਟਨ ਇੰਟਰੋਡਿਊਸ ਕੀਤਾ ਗਿਆ ਸੀਗਾ ਪਿਛਲੇ ਕੁਝ ਸਾਲਾਂ ਦੇ ਵਿੱਚ, ਉਹਦੇ ਨਾਲ ਫੈਮਲੀਜ਼ ਦੀ ਮਦਦ ਹੋਈ ਹੈ। ਬਿਕਾਜ਼ ਜਦੋਂ ਬੱਚੇ ਅੱਧਾ ਦਿਨ ਸਕੂਲ ਜਾਂਦੇ ਸੀਗੇ, ਅਸੀਂ ਕੰਮ 'ਤੇ ਨਹੀਂ ਵਾਪਸ ਜਾ ਸਕਦੇ ਸੀ, ਹੁਣ ਉਹਨਾਂ ਦੇ ਫੁੱਲ ਡੇ ਕਿੰਡਰਗਾਰਟਨ ਜਾਣ ਦੇ ਨਾਲ ਪੀਪਲ ਕੁਡ ਰਿਟਰਨ ਟੂ ਵਰਕ ਫਾਸਟਰ ਵਿਦਆਊਟ ਹੈਵਿੰਗ ਟੂ ਵਰੀ ਅਬਾਊਟ ਦੇਅਰ ਕਿਡਸ। ਐਂਡ ਟੂ ਫੋਲੋ ਅਪ ਔਨ ਦੈਟ, ਨਾਓ ਵੀਵ ਇੰਟਰੋਡਿਊਸ ਮੋਰ ਚਾਈਲਡ ਕੇਅਰ ਸਪੋਟਸ ਵਿਦ ਇਨ ਓਨਟਾਰੀਓ। ਜਸਟ ਅਰਲੀ ਜਨਵਰੀ ਆਈ ਵਾਸ ਏਬਲ ਟੂ ਗੋ ਟੂ ਅ ਲੋਕਲ ਸਕੂਲ ਇਨ ਮਾਈ ਏਰੀਆ ਐਂਡ ਟਾਕ ਅਬਾਊਟ ਸਮ ਐਨ ਐਡੀਸ਼ਨਲ 44 ਸਪੋਟਸ ਐਟ ਦੈਟ ਸਕੂਲ। ਸਾਡੀ ਕੋਸ਼ਿਸ਼ ਆ ਵੀ ਚਾਈਲਡ ਕੇਅਰ ਸਪੋਟਸ ਉੱਥੇ ਇੰਟਰੋਡਿਊਸ ਕੀਤੇ, ਨੇੜੇ ਇੰਟਰੋਡਿਊਸ ਕੀਤੇ ਜਾਣ, ਫੈਮਲੀਜ਼ ਦੇ ਨੇੜੇ ਇੰਟਰੋਡਿਊਸ ਕੀਤੇ ਜਾਣ, ਸਕੂਲਾਂ ਦੇ ਵਿੱਚ ਇੰਟਰੋਡਿਊਸ ਕੀਤੇ ਜਾਣ। ਬਿਕਾਜ਼ ਇਹਦੇ ਨਾਲ ਨਾਲ ਹੀ ਬੱਚੇ ਵੀ ਐਡਜਸਟ ਹੋ ਜਾਂਦੇ ਆ ਸਕੂਲ ਜਾਣ ਲਈ, ਦੂਸਰੀ ਗੱਲ ਫੈਮਲੀਜ਼ ਲਈ ਸੌਖਾ ਹੁੰਦਾ ਨੇੜੇ ਬੱਚਾ ਛੱਡਣਾ, ਨੇੜਿਓਂ ਚੱਕਣਾ। ਬ੍ਰੈਂਪਟਨ ਪਿਛਲੇ 10 ਸਾਲਾਂ ਤੋਂ ਬਹੁਤ ਗਰੋ ਹੋਇਆ, ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਹੀ ਹੈ, ਇਹਦਾ ਕੋਈ ਹੱਲ ਹੈ ਸਰਕਾਰ ਕੋਲ? ਟ੍ਰੈਫਿਕ ਦਾ ਜੋ ਹੱਲ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਦੋ ਤਿੰਨ ਹੱਲ ਨੇ। ਪਹਿਲਾਂ ਤਾਂ ਜਿਹੜਾ 410 ਹਾਈਵੇ ਆ ਉਹਦੀ ਐਕਸਪੈਂਸ਼ਨ ਕੀਤੀ ਗਈ ਆ, ਸੋ ਦੈਟ ਵੀ ਕੈਨ ਅਲੀਵੀਏਟ ਦ ਟ੍ਰੈਫਿਕ ਕਮਿੰਗ ਇਨ ਟੂ ਬ੍ਰੈਂਪਟਨ। ਉਧਰੋਂ 427 'ਤੇ ਵੀ ਐਕਸਪੈਂਸ਼ਨ ਕੀਤੀ ਗਈ ਸੀਗੀ, ਵਾਈਡਨ ਕੀਤਾ ਗਿਆ ਸੀ ਹਾਈਵੇ, ਸੋ ਦੈਟ ਜਿਹੜੀ ਟ੍ਰੈਫਿਕ ਦੀ ਫਲੋ ਆ ਉਹ ਸੌਖੀ ਹੋਵੇ। ਇਹਦੇ ਨਾਲ ਨਾਲ ਹੀ ਸਾਡੀ ਫੋਕਸ ਰਹੀ ਗੋ ਟ੍ਰੇਨ ਸਰਵਿਸ 'ਤੇ। ਬਹੁਤ ਸਾਰੇ ਵਿਅਕਤੀ ਇਹੋ ਜਿਹੇ ਜਿਹੜੇ ਪੜ੍ਹਨ ਜਾਂਦੇ ਆ ਡਾਊਨ ਟਾਊਨ ਟੋਰਾਂਟੋ, ਜਾਓ ਜਾਂਦੇ ਆ, ਜੋ ਵੀ ਆ ਕੰਮ ਕਰਨ ਜਾਂਦੇ ਆ, ਸੋ ਜਿਹੜੀ ਗੋ ਟ੍ਰੇਨ ਸਰਵਿਸ ਆ ਉਹ ਐਕਸਪੈਂਡ ਕੀਤੀ ਗਈ ਹੈ। ਅਤੇ ਸਾਡੀ ਇਹ ਕੋਸ਼ਿਸ਼ ਆ ਵੀ 2020 ਤੱਕ 15 ਮਿੰਟਾਂ ਬਾਅਦ ਬ੍ਰੈਂਪਟਨ ਤੋਂ ਲੈ ਕੇ ਟੋਰਾਂਟੋ ਤਾਈਂ ਗੋ ਟ੍ਰੇਨ ਸਰਵਿਸਿਸ ਪ੍ਰੋਵਾਈਡ ਹੋਣ ਜੀ। ਔਰ ਨਵੀਂ ਯੂਨੀਵਰਸਿਟੀ ਆ ਰਹੀ ਹੈ ਜੀ ਬ੍ਰੈਂਪਟਨ ਦੇ ਵਿੱਚ, ਉਹਦੀ ਥੋੜ੍ਹੀਆਂ ਡਿਟੇਲਸ ਦਾ ਸਾਨੂੰ ਪੂਰੀ ਉਮੀਦ ਆ ਵੀ ਨਵੀਂ ਯੂਨੀਵਰਸਿਟੀ ਤੋਂ ਜੋ ਸਾਡੀ ਸਰਕਾਰ ਵੱਲੋਂ ਕਿਹਾ ਗਿਆ ਆ ਵੀ ਅਸੀਂ ਦੋ ਨਵੀਆਂ ਯੂਨੀਵਰਸਿਟੀਜ਼ ਫੰਡ ਕੀਤੀਆਂ ਆ ਪਿਛਲੇ ਸਾਲ। ਅਸੀਂ ਇਹ ਕਿਹਾ ਵੀ ਮਿਲਟਨ ਦੇ ਵਿੱਚ ਵੀ ਯੂਨੀਵਰਸਿਟੀ ਆਊਗੀ ਅਤੇ ਬ੍ਰੈਂਪਟਨ ਦੇ ਵਿੱਚ ਵੀ, ਸਾਡਾ ਕਮਿਟਮੈਂਟ ਪੂਰਾ ਕਿਹਾ ਮੈਂ ਇਸ ਗੱਲ 'ਤੇ, ਅਸੀਂ ਇਸ ਗੱਲ 'ਤੇ ਖੜ੍ਹੇ ਹਾਂ ਵੀ ਸਾਡੀ ਗਵਰਨਮੈਂਟ ਯੂਨੀਵਰਸਿਟੀਜ਼ ਨੂੰ ਫੰਡ ਕਰੂਗੀ। ਇਸ ਤੋਂ ਪਹਿਲਾਂ ਮਾਰਕਮ ਦੇ ਵਿੱਚ ਯੋਰਕ ਯੂਨੀਵਰਸਿਟੀ ਦਾ ਨਵਾਂ ਬ੍ਰਾਂਚ ਫੰਡ ਕੀਤਾ ਗਿਆ ਸੀਗਾ। ਸੋ ਇਨ ਦ ਲਾਸਟ 3 ਈਅਰਸ ਵੀ ਬੀਨ ਏਬਲ ਟੂ ਇੰਟਰੋਡਿਊਸ 3 ਨਿਊ ਪੋਸਟ ਸੈਕੰਡਰੀ ਕੈਂਪਸਿਸ, ਐਂਡ ਆਈ ਨੋ ਵੀ ਸਿਟੀ ਵਾਲੇ ਮਿਹਨਤ ਕਰ ਰਹੇ ਆ ਇਸ ਦੀ ਜਿਹੜੀ ਪਲਾਨ ਆ ਹੁਣ ਉਹਨਾਂ ਨੇ ਅੱਗੇ ਵਧਾਉਣੀ ਆ ਆਪਦੇ ਪਾਰਟਨਰ ਦੇ ਨਾਲ, ਪਰ ਗਵਰਨਮੈਂਟ ਆਫ ਓਨਟਾਰੀਓ ਦੀ ਜੋ ਫੰਡਿੰਗ ਆ ਉਹ ਕਮਿਟਡ ਹੈਗੀ ਆ। ਬ੍ਰੈਂਪਟਨ ਦੇ ਵਿੱਚ ਹੋਰ ਕਿਹੜੀਆਂ ਨਵੀਆਂ ਡਿਵੈਲਪਮੈਂਟਸ ਜਿਹੜੀਆਂ ਹੋਣਗੀਆਂ? I think we've seen so many great things. We've worked very, very hard to build a better society. Just aap gal kar chuke hain, second hospital, second healthcare facility khuli hai, university ne commitment hoya, highway expand hoya, is to baad ek Aaron Oak center khule aaya jide vich jo bacche hain no hunde koi special needs hunde hain unna families de liye 18 saal tak oh bachcha nu support karde hain. Sade koi bahut choti facility si hun almost 21000 square foot di facility khuli hai. So we've made a number of investments here in Brampton. Jehdi gas tax funding ho increase hoyi hai so that the city could put more money into public transportation. We've made firm investments, we've made investments that make our city stronger and that make our province stronger. ਇਹ ਕੁਝ ਕੁਐਸਚਨਸ ਜਿਹੜੇ ਮੇਰੇ ਮਨ ਦੇ ਵਿੱਚ ਸੀ ਮੈਂ ਤੁਹਾਡੇ ਦੇ ਨਾਲ ਤੁਹਾਡੇ ਕੋਲ ਪੁੱਛੇ, ਜਦੋਂ ਤੁਹਾਨੂੰ ਲੋਕ ਮਿਲਦੇ ਉਹਨਾਂ ਦੀ ਹੋਰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੈ ਜਿਹੜੀਆਂ ਤੁਹਾਨੂੰ ਸੋਲਵ ਕਰ ਲਈ ਉਹ ਕਹਿੰਦੇ ਨੇ? I think we're focused, ਬਹੁਤ ਸਾਰੇ ਇਸ਼ੂਸ ਹੁੰਦੇ ਆ, community based issues hunde ya, broader community de kuch issues hunde ya, sadi hamesha ehi koshish hai ve inna issues nu se agge leke jaiye. I think university de mang bahut vaddi sigi, eh sada jehda commitment hoya te ohde naal naal jehda free tuition da, free medicare da, ਤਿੰਨ ਸਾਲਾਂ ਦੇ ਵਿੱਚ ਸਾਡੀ ਜੋ ਏਜੰਡਾ ਸੀ ਕਾਫੀ ਅਗਰੈਸਿਵ ਸੀਗੀ ਅਤੇ ਜਿੰਨੇ ਸਾਡੇ ਕਮਿਟਮੈਂਟ ਸੀਗੇ ਅਸੀਂ ਪੂਰੇ ਕੀਤੇ ਆ। ਉਸ ਤੋਂ ਬਾਅਦ ਅੱਗੇ ਤੋਂ ਵੀ ਇਹੀ ਕੋਸ਼ਿਸ਼ ਕਰਦੇ ਰਹਾਂਗੇ ਵੀ ਜੋ ਕਮਿਊਨਿਟੀ ਦੀ ਆਵਾਜ਼ ਆ ਉਹ ਅੱਗੇ ਲੈ ਕੇ ਜਾਈਏ। ਅਸੀਂ ਸਮਝਦੇ ਹਾਂ ਦੈਟ ਆਰ ਵਰਕ ਇਜ਼ ਨਾਟ ਡਨ। ਆਟੋ ਇੰਸ਼ੋਰੈਂਸ ਦਾ ਇਸ਼ੂ ਆ, ਉਹਦੇ 'ਤੇ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਦਿਨਾਂ ਵਿੱਚ ਸਾਡੇ ਮਿਨਿਸਟਰ ਫਾਈਨੈਂਸ ਨੇ ਅਨਾਊਂਸ ਕੀਤਾ ਸੀ ਵੀ ਜੋ ਅਸੀਂ ਸਟੱਡੀ ਕਰਾਈ ਸੀ ਉਹਦੇ ਰਿਜ਼ਲਟਸ ਵਾਪਸ ਆਏ ਆ, ਅਤੇ ਉਹਦੇ ਹਿਸਾਬ ਨਾਲ ਵੀ ਵਾਂਟ ਬੀ ਏਬਲ ਟੂ ਟੇਕ ਕੈਸ਼ ਆਫ ਦ ਟੇਬਲ। ਜਿੱਥੇ ਤੁਹਾਨੂੰ ਸਰਵਿਸਿਜ਼ ਦੀ ਲੋੜ ਹੋਈ ਤੁਹਾਡੀ ਇੰਸ਼ੋਰੈਂਸ ਕੰਪਨੀ ਸਿੱਧੀਆਂ ਸਰਵਿਸਿਜ਼ ਨੂੰ ਪੇ ਕਰਨਗੀਆਂ। ਇਹਦੇ ਨਾਲ ਜਿਹੜਾ ਫਰੋਡ ਆ ਉਹ ਡੀਕਰੀਸ ਹੋਊਗਾ। ਆਫਟਰ ਦ ਮਾਰਸ਼ਲ ਰਿਪੋਰਟ ਦੀ ਇਹ ਰੈਕਮੈਂਡੇਸ਼ਨ ਸੀਗੀ ਅਤੇ ਜਦੋਂ ਫਰੋਡ ਡੀਕਰੀਸ ਹੋਊਗਾ ਲੌਂਗ ਟਰਮ ਸਲਿਊਸ਼ਨ ਆ, ਪਰ ਉਹਦੇ ਨਾਲ ਨਾਲ ਹੀ ਜਿਹੜੀ ਆ ਆਟੋ ਇੰਸ਼ੋਰੈਂਸ ਦੇ ਪ੍ਰੀਮੀਅਮਸ ਆ ਉਹ ਵੀ ਘਟਣਗੀਆਂ। ਜੀ, ਇੱਕ ਜਿਹੜੀ ਨੌਲੇਜ ਹੁੰਦੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ। ਸਾਡੇ ਕਮਿਊਨਿਟੀ ਦੇ ਵਿੱਚ ਇਹ ਨੌਲੇਜ ਨਹੀਂ ਹੈ ਕਿ ਐਮ ਪੀ ਪੀ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਕੀ ਕੁਐਸਚਨ ਕਰ ਸਕਦੇ, ਐਮ ਪੀ ਪੀਜ਼ ਦੀਆਂ ਕੀ ਡਿਊਟੀਜ਼ ਨੇ, ਤੁਸੀਂ ਲੋਕਾਂ ਵਾਸਤੇ ਕੀ ਕਰ ਸਕਦੇ। ਕਈ ਵਾਰੀ ਹੁੰਦਾ ਨਾ ਕਿ ਤੁਹਾਨੂੰ ਕੁਐਸਚਨ ਕਰਨਾ ਕਿ ਵੀ ਤੁਸੀਂ ਸਾਡੇ ਵਾਸਤੇ ਆਹ ਕਰ ਸਕਦੇ, ਲੋਕਾਂ ਨੂੰ ਪਤਾ ਨਹੀਂ ਵੀ
MPP ਸਾਡੇ ਵਾਸਤੇ ਕੀ ਕਰ ਸਕਦਾ ਹੈ? ਸੋ MPPs ਆਰ ਹੇਅਰ ਟੂ ਹੈਲਪ ਯੂ ਵਿਦ ਅ ਨੰਬਰ ਆਫ ਇਸ਼ੂਜ਼। ਅਸੀਂ ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸ ਚੁੱਕੀ ਹੈਲਥ ਕੇਅਰ ਸੀਨੀਅਰਸ, ਵੀ ਹੈਵ ਅ ਸੀਨੀਅਰਸ ਡਾਇਰੈਕਟੋਰੇਟ ਜਿਹਦੇ ਵਿੱਚ ਅਸੀਂ ਸੀਨੀਅਰਸ ਹੋਮਸ, ਰਿਟਾਇਰਮੈਂਟ ਫੈਸਿਲਿਟੀਜ਼ ਨੂੰ ਵੀ ਫੈਸਿਲਿਟੇਟ ਕਰਦੇ, ਜਿਹੜੇ ਲਾਜ਼ ਆ ਉਹਨਾਂ ਥੱਲੇ ਆਉਂਦੇ ਆ, ਐਜੂਕੇਸ਼ਨ, ਪੋਸਟ ਸੈਕੰਡਰੀ ਐਂਡ ਪ੍ਰਾਇਮਰੀ ਐਜੂਕੇਸ਼ਨ, ਟਰਾਂਸਪੋਰਟੇਸ਼ਨ। ਬਹੁਤ ਸਾਰੇ ਆਈ ਨੋ ਦੈਟ ਓਵਰ ਦ ਈਅਰਸ ਬਹੁਤ ਸਾਰੇ ਇਹੋ ਜਿਹੇ ਵੀ ਇਸ਼ੂਜ਼ ਆਏ, ਡੰਪ ਟਰੱਕ ਵਾਲੇ ਵੀਰਾਂ ਦੇ ਇਸ਼ੂਜ਼ ਆਏ ਨੇ, ਹੋਰ ਟਰੈਕਿੰਗ ਕਮਿਊਨਿਟੀ ਦੇ ਇਸ਼ੂਜ਼ ਆਏ ਨੇ, ਉਹਨਾਂ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਦੇ ਵੀ ਕਮਿਊਨਿਟੀ ਦੀ ਮਦਦ ਕਰ ਸਕੀਏ ਜੀ। ਔਰ ਜਿਹੜੀ ਤੁਸੀਂ ਸੀਨੀਅਰ ਸਿਟੀਜ਼ਨਸ ਦੀ ਗੱਲ ਕੀਤੀ, ਸੀਨੀਅਰ ਸਿਟੀਜ਼ਨ ਦੀਆਂ ਕਾਫੀ ਪ੍ਰੋਬਲਮਸ ਨੇ, ਔਰ ਉਹਨਾਂ ਨਾਲ ਤੁਸੀਂ ਕਿਵੇਂ ਡੀਲ ਕਰਦੇ? ਕਈ ਵਾਰੀ ਤਾਂ ਪੈਨਸ਼ਨਸ ਦੀਆਂ ਪ੍ਰੋਬਲਮ ਵੀ ਹੈਗੀਆਂ ਨੇ ਜਾਂ ਕੋਈ ਹੋਰ ਪ੍ਰੋਬਲਮਸ ਨੇ ਉਹਨਾਂ ਦੀਆਂ? ਸੋ ਜੋ ਪੈਨਸ਼ਨ ਦਾ ਇਸ਼ੂ ਹੁੰਦਾ ਆ ਉਹ ਐਕਚੁਅਲੀ ਫੈਡਰਲ ਇਸ਼ੂ ਹੁੰਦਾ ਆ, ਪਰ ਜਿਹੜੇ ਇੱਥੇ ਲੋਕਲ ਇਸ਼ੂਸ ਹੁੰਦੇ ਹੈਲਥ ਕੇਅਰ ਦੇ, ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਜੇ ਸਾਡੇ ਕੋਲ ਕੋਈ ਆਵੇ ਪੂਰੀ ਅਸੀਂ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਨ ਆਰਡਰ ਟੂ ਗੈਟ ਦਰ ਸਰਵਿਸਿਜ਼, ਇਨ ਆਰਡਰ ਟੂ ਗੈਟ ਵਟਐਵਰ ਦੇ ਨੀਡ ਫਰਮ ਦ ਹਸਪੀਟਲ। ਕਈ ਵਾਰੀ ਟ੍ਰਾਂਜੈਕਸ਼ਨ ਪਲਾਨਸ ਹੁੰਦੀਆਂ ਆ ਜਿਹਦੇ ਨਾਲ ਉਹਨਾਂ ਨੇ ਹਸਪੀਟਲ ਤੋਂ ਹੋਮ ਟ੍ਰਾਂਜੈਕਸ਼ਨ ਹੁੰਦੀ ਆ, ਜਿਹੜੇ ਹੋਮ ਕੇਅਰ ਆਉਂਦੀ ਆ ਉਹਦੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਜੀ। ਸਮਾਂ ਫਿਰ ਜੀ ਇੱਕ ਬ੍ਰੇਕ ਦਾ ਹੋ ਗਿਆ, ਸੋ ਇਸ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਕੋਲ ਅਗਲੀ ਗੱਲ ਜਿਹੜੀ ਜਾਣਦੇ ਹਾਂ। ਸੋ MPP ਹਰਿੰਦਰ ਮੱਲੀ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ, ਔਰ ਉਹਨਾਂ ਦੇ ਨਾਲ ਸਵਾਲ ਕਰ ਰਹੇ ਹਾਂ ਅਸੀਂ, ਅਤੇ ਸਮਾਂ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਅਗਲੀ ਜਿਹੜੀ ਜਾਣਕਾਰੀ ਉਹਨਾਂ ਕੋਲ ਲੈਂਦੇ ਹਾਂ। ਪ੍ਰਾਈਮ ਏਸ਼ੀਆ TV ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ, ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ, ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਟੋਕ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਸਭਨਾਂ ਦਾ ਬਹੁਤ ਬਹੁਤ ਸਵਾਗਤ ਹੈ, ਔਰ ਸਾਡੇ ਨਾਲ ਅੱਜ ਸਪ੍ਰਿੰਗਡੇਲ ਔਰ ਬ੍ਰੈਂਪਟਨ ਹਲਕੇ ਦੇ ਜਿਹੜੇ MPP ਹਰਿੰਦਰ ਮੱਲੀ ਹੁਣੀ ਪਹੁੰਚੇ ਹੋਏ ਨੇ, ਔਰ ਕਾਫੀ ਸਾਰੇ ਜਿਹੜੇ ਸਵਾਲ ਨੇ ਇਹਨਾਂ ਦੇ ਦਾਇਰੇ ਦੇ ਵਿੱਚ ਆਉਂਦੇ ਨੇ, ਮੈਂ ਇਹਨਾਂ ਕੋਲ ਪੁੱਛੇ ਔਰ ਇਹਨਾਂ ਨੇ ਜਵਾਬ ਦਿੱਤੇ ਆ, ਔਰ ਇਹਨਾਂ ਦੇ ਨਾਲ ਅਗਲੀ ਗੱਲਬਾਤ ਕਰਦੇ ਹਾਂ। ਮੱਲੀ ਜੀ, ਮੈਂ ਨਾ ਇੱਕ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ, ਇਹ ਬੜਾ ਸੈਂਸਿਟਿਵ ਜਿਹਾ ਇਸ਼ੂ ਆ ਸਾਡੇ, ਖਾਸ ਤੌਰ 'ਤੇ ਸਾਡਾ ਜਿਹੜਾ ਇੰਡੀਅਨ ਜਾਂ ਪੰਜਾਬੀ ਭਾਈਚਾਰਾ ਉਹਦੀ ਬਹੁਤ ਵੱਡੀ ਗਿਣਤੀ ਹੈ ਸਪ੍ਰਿੰਗਡੇਲ ਔਰ ਬ੍ਰੈਂਪਟਨ ਦੇ ਵਿੱਚ, ਖਾਸ ਤੌਰ 'ਤੇ ਗਾੜੇ ਪੰਜਾਬੀਆਂ ਦਾ। ਪਿਛਲੇ ਕਈ ਸਾਲਾਂ ਤੋਂ ਕਈ ਓਨਰ ਕਿਲਿੰਗਸ ਹੋ ਰਹੀਆਂ ਨੇ, ਔਰ ਕਈ ਜਿਹੜੇ ਮਰਡਰਸ ਹੋ ਰਹੇ ਨੇ, ਇਹ ਬੜਾ ਸੈਂਸਿਟਿਵ ਇਸ਼ੂ ਆ, ਔਰ ਜਿਹੜਾ ਹਰਾਸਮੈਂਟ, ਜਿਹੜਾ ਟੋਰਚਰ ਹੁੰਦਾ ਵੂਮੈਨਸ ਦੇ ਉੱਪਰ, ਘਰੇਲੂ ਕਲੇਸ਼ ਲੜਾਈਆਂ, ਇਹ ਮੈਂ ਤੁਹਾਨੂੰ ਇਕੱਠਾ ਹੀ ਸਵਾਲ ਕਰ ਦਿੱਤਾ ਸਾਰਾ, ਕਿਉਂਕਿ ਪਿੱਛੇ ਜੇ ਅਜੇ ਇੱਕ ਹੋਰ ਮਰਡਰ, ਦੋ ਮਰਡਰ ਹੋ ਕੇ ਹਟੇ ਨੇ, ਇਹ ਦੱਸੋ ਇਹਦੇ ਬਾਰੇ ਥੋੜ੍ਹਾ ਜਿਹਾ। ਦੇਖੋ, ਜਿਹੜਾ ਸਾਡੀ ਇਟ ਇਜ਼ ਅ ਵੈਰੀ ਸੈਂਸਿਟਿਵ ਇਸ਼ੂ, ਆਈ ਥਿੰਕ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਸੈਂਸਿਟਿਵ ਇਸ਼ੂ ਆ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਸਾਡੇ ਆਫਿਸ ਵੱਲੋਂ ਵੀ ਅਸੀਂ ਜਿਹੜੀ ਅਵੇਅਰਨੈਸ ਆ ਉਹਨੂੰ ਰੇਜ਼ ਕਰੀਏ ਇਸ ਇਸ਼ੂ ਦੇ ਅਰਾਊਂਡ, ਨਾ ਕਿ ਸਿਰਫ ਇਸ ਇਸ਼ੂ ਦੇ ਅਰਾਊਂਡ, ਪਰ ਜਿਹੜਾ ਮੈਂਟਲ ਹੈਲਥ ਦੇ ਇਸ਼ੂ ਆ ਅੱਜ ਕੱਲ੍ਹ ਜਦੋਂ ਆਪਾਂ ਦੇਖਦੇ ਹਾਂ, ਮੈਂਟਲ ਹੈਲਥ ਜਿਹੜੀ ਇੱਕ ਐਪੀਡੈਮਿਕ ਬਣ ਚੁੱਕਾ ਆ, ਬਹੁਤ ਹੀ ਵੱਧ ਗਿਆ ਆ ਆਪਣੇ ਘਰਾਂ ਦੇ ਵਿੱਚ, ਆਪਣੇ ਬੱਚਿਆਂ ਦੇ ਵਿੱਚ, ਅਤੇ ਸਾਨੂੰ ਕਈ ਵਾਰੀ ਸਾਡੀ ਕਮਿਊਨਿਟੀ ਦੇ ਵਿੱਚ ਉਹ ਅਵੇਅਰਨੈਸ ਹੈ ਨਹੀਂ ਗੀ, ਉਹ ਐਕਸੈਪਟੈਂਸ ਹੈ ਨਹੀਂ ਗੀ ਵੀ ਇਹ ਇੱਕ ਰੀਅਲ ਬਿਮਾਰੀ ਆ ਸਾਡੀ। ਮੈਨੂੰ ਇੱਕ ਮੌਕਾ ਮਿਲਿਆ ਸੀਗਾ ਪੁਲਿਸ ਦੇ ਨਾਲ, ਸਾਡੀ ਜਿਹੜੀ ਇੱਥੇ ਪਿਓਰ ਪੁਲਿਸ ਆ ਰਾਈਡ ਅਲੋਂਗ ਕਰਨ ਦੀ, ਸੋ ਇੱਕ ਉਹਨਾਂ ਦੇ ਨਾਲ ਨਾਈਟ ਸ਼ਿਫਟ ਲਈ ਪੂਰੇ ਉਹਨਾਂ ਦੇ ਕਰੂਜ਼ਰ ਵਿੱਚ ਜਿਹੜੇ 911 ਕਾਲਸ ਉਹਨਾਂ ਨੂੰ ਆਉਂਦੀਆਂ ਉਹ ਦੇਖਣ ਦੀ, ਐਂਡ ਆਈ ਡਿਡ 8-10 ਆਵਰ ਸ਼ਿਫਟ। ਅਤੇ ਜੇ ਮੈਂ ਤੁਹਾਨੂੰ ਦੱਸਾਂ ਵੀ 911 ਐਮਰਜੈਂਸੀ ਕਾਲਸ ਜਿਹੜੀਆਂ ਆਉਂਦੀਆਂ ਹੈ, ਉਸ ਦਿਨ 70-80% ਕਾਲ ਸੀਗੇ ਮੈਂਟਲ ਹੈਲਥ ਰਿਲੇਟਡ। ਓਕੇ, ਅਸੀਂ ਸਾਡੇ ਆਫਿਸ ਵੱਲੋਂ ਹਮੇਸ਼ਾ ਕੋਸ਼ਿਸ਼ ਕਰਦੇ ਮੈਂਟਲ ਹੈਲਥ ਦੇ ਅਰਾਊਂਡ ਅਵੇਅਰਨੈਸ ਕ੍ਰੀਏਟ ਕਰਨੀ। ਮੈਂ ਤੁਹਾਡੀ ਗੱਲ ਸੋਰੀ ਇੱਥੇ ਕੱਟਦਾ, ਇਹ ਪਤਾ ਨਹੀਂ ਮੈਨੂੰ ਪੁੱਛਣੀ ਚਾਹੀਦੀ ਕਿ ਨਹੀਂ ਪੁੱਛਣੀ ਚਾਹੀਦੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 80% ਕਾਲਸ ਜਿਹੜੀਆਂ ਮੈਂਟਲ ਹੈਲਥ, ਜਿਸ ਦਿਨ ਮੈਂ ਦੇਖਿਆ, ਅਤੇ ਉਹਦੇ ਵਿੱਚੋਂ ਇਹ ਵੀ ਦੇਖਣਾ ਜ਼ਰੂਰੀ ਕਿਹੜੀ ਕਮਿਊਨਿਟੀ ਦੀਆਂ ਆ ਰਹੀਆਂ ਸੀ। ਦੇਖੋ, ਜਿਹੜੀ ਵੱਧਦੀ ਵੱਧ ਹੋਊਗੀ ਕੁਦਰਤੀ ਉਸੇ ਕਮਿਊਨਿਟੀ ਦੇ ਕਾਲਸ ਆਉਣਗੀਆਂ। ਜਿੱਥੇ ਹੁਣ ਆਪਾਂ ਜੇ ਬ੍ਰੈਂਪਟਨ ਵਿੱਚ ਅਸੀਂ ਜਿਹੜਾ ਸਟੇਸ਼ਨ ਸੀਗੇ, ਫਿਰ ਕੁਦਰਤੀ ਵਾਦੀ ਦੇ ਹਿਸਾਬ ਨਾਲ ਹੀ ਆਉਂਦੀਆਂ, ਪਰ ਜਿਹੜੀ ਰੈਕਗਨੀਸ਼ਨ ਆ ਮੈਂਟਲ ਹੈਲਥ ਦੀ ਉਹ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਆ। ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ, ਅਸੀਂ ਐਕਚੁਅਲੀ ਸੈਮੀਨਾਰਸ ਵੀ ਰੱਖੇ ਆ ਆਪਣੇ ਆਫਿਸ ਦੇ ਵੱਲੋਂ, ਜਿੱਥੇ ਕਿ ਅਸੀਂ ਜੋ ਹੈਡ ਆਫ ਬ੍ਰੈਂਪਟਨ ਸਿਵਿਕ ਸਾਈਕਾਇਟਰੀ ਆ ਉਹਨੂੰ ਉੱਥੇ ਸੱਦਿਆ, ਹੋਰ ਜਿਹੜੇ ਮੈਂਟਲ ਹੈਲਥ ਔਰਗਨਾਈਜੇਸ਼ਨਸ ਆ ਲਾਈਕ ਔਰੇਂਜ, ਸੋਰੀ ਟੈਂਜਰੀਨ, ਕੈਨੇਡੀਅਨ ਮੈਂਟਲ ਹੈਲਥ, ਉਹਨਾਂ ਨੂੰ ਉੱਥੇ ਬੁਲਾਇਆ, ਸੋ ਦੈਟ ਪੀਪਲ ਅੰਡਰਸਟੈਂਡ, ਕਿਸੇ ਦੇ ਬਸ ਨਹੀਂ ਹੁੰਦੀਆਂ ਇਹ ਗੱਲਾਂ। ਅਤੇ ਕਈ ਵਾਰੀ ਜਿਹੜੇ ਮੈਂਟਲ ਹੈਲਥ ਆ, ਇਟ ਲੀਡਸ ਟੂ ਅਡਿਕਸ਼ਨਸ, ਇਟ ਲੀਡਸ ਟੂ ਅ ਨੰਬਰ ਆਫ ਅਦਰ ਇਸ਼ੂਜ਼ ਦੈਟ ਵੀ ਆਰ ਸੀਇੰਗ, ਜਿਸ ਤਰ੍ਹਾਂ ਤੁਸੀਂ ਮਰਡਰ ਦੀ ਗੱਲ ਕੀਤੀ, ਹੁਣ ਆਪਾਂ ਉੱਥੇ ਨਹੀਂ ਸੀ, ਇਸ ਕਰਕੇ ਵੀ ਕੈਂਟ ਕਮੈਂਟ ਔਨ ਵਟ ਹੈਪਨਡ ਇਨ ਦੈਟ ਹਾਊਸ, ਬਟ ਐਟ ਦ ਸੇਮ ਟਾਈਮ ਦੀ ਆਈਡੀਆ ਆਫ ਡੋਮੈਸਟਿਕ ਵਾਇਲੈਂਸ ਐਂਡ ਸਪੋਰਟਿੰਗ ਵੁਮੈਨ ਇਜ਼ ਇੰਪੋਰਟੈਂਟ। ਆਈ ਥਿੰਕ ਦੈਟ
women ਉਹਨਾਂ ਨੂੰ empower ਕਰਨਾ ਬਹੁਤ ਜ਼ਰੂਰੀ ਹੈ. ਉਹਨਾਂ ਨੂੰ ਨੌਲੇਜ ਦੇਣਾ ਜ਼ਰੂਰੀ ਹੈ, ਬਿਕਾਜ਼ ਕਈ ਵਾਰੀ ਆਪਾਂ ਆਪਦੀ ਸੁਸਾਇਟੀ ਤੋਂ ਡਰਦੇ ਡਰਦੇ ਬਹੁਤ ਕੁਛ ਸਹਿ ਜਾਂਦੇ ਹਾਂ. ਬਿਲਕੁਲ ਠੀਕ. ਜਦੋਂ ਆਪਾਂ ਸਹਿ ਜਾਂਦੇ ਤਾਂ ਜਦੋਂ ਗੱਲ ਵੱਧ ਜਾਂਦੀ ਹੈ ਉਦੋਂ ਸਾਰੀ ਕਮਿਟਲਾ ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ, ਇੱਦਾਂ ਪਰ ਹੋ ਜਾਂਦਾ, ਕੁਦਰਤੀ ਹੋ ਜਾਂਦਾ ਹੈ, ਬਿਕਾਜ਼ ਸੁਸਾਇਟੀ ਤੋਂ ਡਰਦੇ ਆਪਾਂ ਬਾਹਰ ਗੱਲ ਨਹੀਂ ਕਰਦੇ, ਆਪਾਂ ਕਿਸੇ ਕੋਲ ਜਾ ਕੇ ਕਿਸੇ ਨਾਲ ਗੱਲ ਨਹੀਂ ਕਰਦੇ. ਬਹੁਤ ਸਾਰੀਆਂ ਔਰਗਨਾਈਜੇਸ਼ਨਸ ਹੈ ਜਿਹੜੀਆਂ ਪ੍ਰੋਵਿੰਸ਼ਲੀ ਫੰਡਡ ਆ, ਜਿਹੜੀਆਂ ਤੁਹਾਡੀ ਸਪੋਰਟ ਕਰਨ ਨੂੰ ਇੱਥੇ ਹੈਗੀਆਂ ਆ. ਯੂ ਹੈਵ ਟੂ ਬੀ ਏਬਲ ਟੂ ਡੀਲ ਵਿਦ ਦ ਪ੍ਰੋਬਲਮ, ਯੂ ਹੈਵ ਟੂ ਬੀ ਏਬਲ ਟੂ ਐਕਨੋਲੇਜ ਦ ਪ੍ਰੋਬਲਮ ਐਂਡ ਟ੍ਰਾਈ ਟੂ ਫਾਈਂਡ ਸੋਲੂਸ਼ਨਸ ਟੂ ਵਰਕ ਟੂਗੈਦਰ ਟੂ ਸਟਰੈਂਥਨ ਯੋਰ ਫੈਮਿਲੀ. ਜੋ ਵੀ ਤੁਹਾਨੂੰ ਸਟੈਪਸ ਲੈਣ ਦੀ ਲੋੜ ਆ, ਆਏ ਸਾਡੀ ਗਵਰਨਮੈਂਟ ਦਾ ਸੋਸ਼ਲ ਆਸਪੈਕਟ 'ਤੇ ਬਹੁਤ ਫੋਕਸ ਰਿਹਾ ਆ. ਇਸ ਤੋਂ ਪਹਿਲਾਂ ਜਦੋਂ ਮੇਰੇ ਪਹਿਲੇ 1.5 ਸਾਲ ਦੇ ਵਿੱਚ ਮੈਂ ਪਾਰਲੀਮੈਂਟਰੀ ਅਸਿਸਟੈਂਟ ਸੀਗੀ ਟੂ ਦ ਮਿਨਿਸਟਰ ਰਿਸਪੋਂਸਿਬਲ ਫਾਰ ਵੁਮੈਨਸ ਇਸ਼ੂਜ਼, ਵੈਨ ਆਈ ਵਾਸ ਪਾਰਲੀਮੈਂਟਰੀ ਅਸਿਸਟੈਂਟ ਟੂ ਦ ਮਿਨਿਸਟਰ ਰਿਸਪੋਂਸਿਬਲ ਫਾਰ ਵੁਮੈਨਸ ਇਸ਼ੂਜ਼, ਆਈ ਹੈਡ ਐਨ ਓਪਰਚੁਨਿਟੀ ਟੂ ਟਰੈਵਲ ਦ ਪ੍ਰੋਵਿੰਸ, ਅਤੇ ਅਸੀਂ ਜਿਹੜਾ ਸੈਕਸੁਅਲ ਵਾਇਲੈਂਸ ਐਂਡ ਹਰਾਸਮੈਂਟ ਆ ਉਹਦੇ ਬਾਰੇ ਇੱਕ ਪਲਾਨ ਡਿਵੈਲਪ ਕੀਤੀ ਸੀਗੀ ਬੇਸਡ ਔਨ ਪੀਪਲਸ ਐਕਸਪੀਰੀਅੰਸਿਸ. ਜਦੋਂ ਤੁਸੀਂ ਜਾ ਕੇ ਉੱਥੇ ਆ ਕੇ ਕਮੇਟੀ ਸਾਡੀ ਬਹਿੰਦੀ ਆ ਅਤੇ ਲੋਕ ਆਪਦੇ ਜਿਹੜੇ ਓਪੀਨੀਅਨਸ ਆ ਉਹਨਾਂ ਨੂੰ ਦੱਸਦੇ ਆ, ਸਾਨੂੰ ਦੱਸਦੇ ਵੀ ਉਹਨਾਂ ਨਾਲ ਕੀ ਬੀਤਿਆ ਆ, ਉਸ ਹਿਸਾਬ ਨਾਲ ਅਸੀਂ ਬਹੁਤ ਸਾਰੇ ਇਹੋ ਜਿਹੇ ਸਟੈਪਸ ਲਏ ਸੀਗੇ ਟੂ ਹੈਲਪ ਪ੍ਰੋਟੈਕਟ ਵੁਮੈਨ, ਸੋ ਦੈਟ ਵੁਮੈਨ ਫੀਲ ਸੇਫ ਇਨ ਦ ਵਰਕ ਪਲੇਸ, ਦੇ ਫੀਲ ਸੇਫ ਐਟ ਹੋਮ, ਦੇ ਫੀਲ ਸੇਫ ਇਨ ਐਟ ਸਕੂਲ, ਐਂਡ ਦੇ ਫੀਲ ਸੇਫ ਇਨ ਦੇਅਰ ਕਮਿਊਨਿਟੀਜ਼. It's so important that we give them that opportunity to know that that's not fair. What's happening is not right. And I don't think it's the responsibility of just women. It's the responsibility of both men and women. Because asi ਉਹਨਾਂ ਨੂੰ ਇਨੇਬਲ ਕਰਦੇ ਆ ਜਦੋਂ ਫਿਰ ਗੱਲਾਂ ਵੱਧਦੀਆਂ ਆ. ਐਂਡ ਆਈ ਥਿੰਕ ਦਿਸ ਇਜ਼ਨਟ ਦ ਫਰਸਟ ਮਰਡਰ ਵੀ ਸੀਨ, ਪਿਛਲੇ 4-5 ਸਾਲ ਪਹਿਲਾਂ ਇੱਕ ਹੋਰ ਮਰਡਰ ਵੀ ਇਸੇ ਤਰ੍ਹਾਂ ਹੋਇਆ ਸੀਗਾ ਘਰ 'ਚ ਬੱਚਿਆਂ ਦੇ ਸਾਹਮਣੇ, ਅਤੇ ਉਹਨਾਂ ਬੱਚਿਆਂ ਦੇ ਉੱਤੇ ਕੋਈ ਗਲਤੀ ਨਹੀਂ ਹੁੰਦੀ, ਜਿਹੜਾ ਕੁਛ ਉਹਨਾਂ ਨੂੰ ਵਿਟਨੈਸ ਕਰਨਾ ਪੈਂਦਾ, ਦੇਖਣਾ ਪੈਂਦਾ ਆ, ਉਹ ਸਾਰੀ ਉਮਰ ਲਈ ਉਹਨਾਂ ਦੇ ਨਾਲ ਰਹਿ ਜਾਂਦਾ ਆ, ਅਕਸਰ ਉਹਨਾਂ ਦੇ ਪੇਰੈਂਟਸ ਆ. ਇੱਕ ਹੁਣ ਛੋਟਾ ਸੋ ਵੀ ਹੈਵ ਟੂ ਵਰਕ ਟੂਗੈਦਰ ਐਜ਼ ਅ ਕਮਿਊਨਿਟੀ ਟੂ ਰੇਜ਼ ਅਵੇਅਰਨੈਸ ਔਨ ਮੈਂਟਲ ਹੈਲਥ, ਵੀ ਹੈਵ ਟੂ ਰੇਜ਼ ਅਵੇਅਰਨੈਸ ਔਨ ਦੀ ਇਸ਼ੂਜ਼ ਦੈਟ ਵੀ ਆਰ ਸੀਇੰਗ ਐਵਰੀ ਡੇ, ਬਿਕਾਜ਼ ਦਿਸ ਇਜ਼ ਅ ਰਿਐਲਿਟੀ. ਆਪਾਂ ਨੂੰ ਲੱਗਦਾ ਵੀ ਸ਼ਾਇਦ ਇਹ ਰਿਐਲਿਟੀ, ਇਹ ਹਰ ਦੂਜੇ ਤੀਜੇ ਘਰ ਦੀ ਰਿਐਲਿਟੀ ਆ, ਇਹਦੇ 'ਤੇ ਜੇ ਅਸੀਂ ਫੋਕਸ ਨਹੀਂ ਕਰਾਂਗੇ ਇਹ ਸਾਡੀ ਕਮਿਊਨਿਟੀ ਦੇ ਵਿੱਚ ਪ੍ਰੋਬਲਮ ਵਧੂਗੀ. ਬਿਲਕੁਲ, ਤੁਹਾਡੀ ਗੱਲ ਠੀਕ ਹੈ, ਆਪਾਂ ਕਸੂਰ ਕਿਸੇ ਦਾ ਵੀ ਨਹੀਂ ਹੁੰਦਾ, ਲੇਕਿਨ ਆਪਾਂ ਜਿਹੜੇ ਆਪਣੀ ਕਮਿਊਨਿਟੀ ਉੱਧਰੋਂ ਆਉਂਦੀ, ਆਪਾਂ ਮੈਂਟਲ ਹੈਲਥ ਨੂੰ ਤਾਂ ਸਿੱਕਨੈਸ ਮੰਨਦੇ ਨਹੀਂ ਹੈਗੇ, ਇਹ ਵੀ ਸਾਡੀ ਪ੍ਰੋਬਲਮ ਆ, ਔਰ ਨੌਲੇਜ ਦੀ ਵੀ ਘਾਟ ਆ. ਮੈਂ ਇੱਥੇ ਤੁਹਾਡੇ ਕੋਈ ਕੁਐਸਚਨ ਹੋਰ ਪੁੱਛਣਾ ਚਾਹੁੰਦਾ ਕਿ ਹੈ ਤਾਂ ਵੈਸੇ ਬਹੁਤ ਤੁਸੀਂ ਨੈਟਸ਼ੈਲ ਦੇ ਵਿੱਚ ਗੱਲ ਕਰਿਓ, ਹੈ ਤਾਂ ਵੈਸੇ ਸਾਡੀ ਕਮਿਊਨਿਟੀ ਜਿਹੜੀ ਇੱਥੋਂ ਆਉਂਦੀ ਹੈ, ਔਰ ਦੂਸਰੇ ਪਾਸੇ ਜਿਹੜੀ ਦੂਸਰੀ ਕਮਿਊਨਿਟੀ ਹੈਗੀ ਜਿਹੜੀ ਇੱਥੋਂ ਦੇ ਨੇ, ਮਤਲਬ ਬੋਰਨ ਐਂਡ ਬਰੋਟ ਅਪ, ਔਰ ਜਿਹੜੇ ਉੱਥੋਂ ਇਮੀਗ੍ਰੈਂਟਸ ਆ ਰਹੇ ਨੇ, ਉਹਨਾਂ ਦਾ ਜਿਹੜਾ ਲੈਵਲ ਆਫ ਥਿੰਕਿੰਗ ਹੈਗਾ, ਅੰਡਰਸਟੈਂਡਿੰਗ ਦਾ, ਉਹ ਤੁਹਾਨੂੰ ਤਾਂ ਇਹ ਫੇਸ ਕਰਨਾ ਪੈਂਦਾ, ਉਹ ਤੁਹਾਨੂੰ ਲੱਗਦਾ ਕਿ ਅਜੇ ਹੋਰ ਨੌਲੇਜ ਦੀ ਲੋੜ ਹੈਗੀ ਆ, ਜਾਂ ਹੋਰ ਜਿਹੜੀਆਂ ਕੈਨੇਡਾ ਦੇ ਜਿਹੜੇ ਲਾਜ਼ ਨੇ ਉਹਨਾਂ ਨੂੰ ਸਮਝਣ ਦੀ, ਜਾਂ ਜਿਹੜੀਆਂ ਹੋਰ ਅੰਡਰਸਟੈਂਡਿੰਗ ਲੈਵਲ ਮੈਚਿਓਰਿਟੀ ਦੇ ਉੱਪਰ ਅਪ ਕਰਨ ਦੀ ਲੋੜ ਹੈਗੀ ਆ. ਆਈ ਥਿੰਕ ਜ਼ਿਆਦਾ ਤੌਰ ਤੇ ਜੋ ਲੋੜ ਹੈ ਐਕਸੈਪਟੈਂਸ ਦੀ ਲੋੜ ਆ. ਅਸੀਂ ਸਮਝਦੇ ਹਾਂ ਮੈਂਟਲ ਹੈਲਥ ਇਸ਼ੂਜ਼ ਸਿਰਫ ਇੱਥੇ ਨਹੀਂ ਹੁੰਦੇ, ਇੰਡੀਆ 'ਚ ਵੀ ਹੁੰਦੇ ਆ. ਕੋਈ ਐਡੀ ਗੱਲ ਨਹੀਂ, ਇੰਡੀਆ ਦੇ ਵਿੱਚ ਵੀ ਅੱਜ ਕੱਲ੍ਹ ਮੈਂਟਲ ਹੈਲਥ ਇਸ਼ੂਜ਼ ਦੀ ਕੋਈ ਘਾਟ ਨਹੀਂ ਗੀ. ਜਦੋਂ ਕੋਈ ਪ੍ਰੈਸ਼ਰ ਥੱਲੇ ਆ ਜਾਂਦਾ, ਡਿਪਰੈਸ਼ਨ ਵਿੱਚ ਆ ਜਾਂਦਾ ਹੈ ਆਪਦੇ ਹਾਲਾਤਾਂ ਦੇ ਬਾਰੇ, ਬਟ ਵੀ ਹੈਵ ਟੂ ਬੀ ਏਬਲ ਟੂ ਸਪੋਰਟ ਦੀਜ਼ ਇੰਡੀਵਿਜੁਅਲਸ ਐਂਡ ਵੀ ਫਰ ਮੇਕਿੰਗ ਦੋਜ਼ ਇਨਵੈਸਟਮੈਂਟਸ ਇਨ ਮੈਂਟਲ ਹੈਲਥ ਇਨ ਲੋਕਲ ਆਰਗੇਨਾਈਜੇਸ਼ਨਸ ਲਾਈਕ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇਜ਼ ਅਵੇਲੇਬਲ. ਲੈਕ ਆਫ ਨੌਲੇਜ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਆ ਕਿ ਵੀ ਸਰਵਿਸਿਜ਼ ਕੈਨੇਡਾ ਗਵਰਨਮੈਂਟ ਦੇ ਰਹੀ ਹੈਗੀ ਆ. ਚਲੋ ਤੁਸੀਂ ਇਹ ਗੱਲ ਕਰ ਰਹੇ, ਥੋੜ੍ਹੇ ਜਿਹੇ ਹੋਰ ਦੱਸੋ ਇਹਦੇ ਬਾਰੇ. ਜਿਸ ਤਰ੍ਹਾਂ ਮੈਂ ਕਹਿ ਚੁੱਕੀ ਹਾਂ, ਇਹੋ ਜਿਹੇ ਸਰਵਿਸਿਜ਼ ਦੇ ਬਾਰੇ ਕੋਈ ਪਤਾ ਕਰਨਾ ਹੋਵੇ, ਸਾਡੇ ਆਫਿਸ ਦੇ ਵਿੱਚ ਹਮੇਸ਼ਾ ਤੁਸੀਂ ਕੰਟੈਕਟ ਕਰ ਸਕਦੇ ਆ. ਅਸੀਂ ਤੁਹਾਨੂੰ ਡਾਇਰੈਕਟ ਕਰ ਸਕਦੇ ਵੀ ਕਿਹੜੇ ਕਿਹੜੇ ਸਰਵਿਸਿਜ਼ ਤੁਹਾਡੇ ਲਈ ਅਵੇਲੇਬਲ ਆ. ਦਿਸ ਇਜ਼ ਅ ਪਾਰਟ ਆਫ ਵਾਈ ਵੀ ਆਰ ਦੇਅਰ ਟੂ ਰੈਪਰੈਜ਼ੈਂਟ ਯੂ, ਵੀ ਆਰ ਦੇਅਰ ਟੂ ਰੈਪਰੈਜ਼ੈਂਟ ਐਂਡ ਅਸਿਸਟ ਯੂ ਵਿਦ ਆਲ ਦੀ ਇਸ਼ੂਜ਼ ਦੈਟ ਯੂ ਆਰ ਫੇਸਿੰਗ. ਤੁਸੀਂ ਬਹੁਤ ਖੂਬਸੂਰਤੀ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੌਲੇਜ ਵਾਲੀਆਂ ਦੱਸੀਆਂ, ਕਿਉਂਕਿ ਪ੍ਰੋਗਰਾਮ ਦਾ ਸਮਾਂ ਸਮਾਪਤ, ਬਹੁਤ ਸਾਰੇ ਹੋਰ ਸਵਾਲ ਸੀ ਜਿਹੜੇ ਤੁਹਾਡੇ ਨਾਲ ਕਰਨ ਵਾਲੇ ਸੀ. ਚਲੋ ਅਗਲੀ ਵਾਰੀ ਤੁਸੀਂ ਇੰਟਰਵਿਊ ਦਿੰਦੇ ਜਾਣਾ ਹੋਗੇ ਤਾਂ ਉਦੋਂ ਜਿਹੜੇ ਬਾਕੀ ਰਹਿੰਦੇ ਹੋਏ ਸਵਾਲ ਹੈ ਉਹਦਾ ਦੁਬਾਰਾ ਕਰਾਂਗੇ. ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ. ਥੈਂਕ ਯੂ ਸੋ ਮਚ. ਥੈਂਕ ਯੂ ਜੀ. ਸੋ ਅਖੀਰ ਦੇ ਵਿੱਚ ਮੈਂ ਬਸ ਇੰਨਾ ਕਹਿਣਾ ਚਾਹਾਂਗਾ ਕਿ ਬਹੁਤ ਸਾਰੀਆਂ ਸਰਵਿਸਿਜ਼ ਕੈਨੇਡੀਅਨ ਗੌਰਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਬਿਲਕੁਲ ਮੁਫਤ ਨੇ, ਔਰ ਸਾਡੀਆਂ ਸੇਵਾਵਾਂ ਜਿਹੜੀਆਂ ਸਾਨੂੰ ਕੈਨੇਡੀਅਨ ਗੌਰਮੈਂਟ ਦੇ ਰਹੀ ਹੈ, ਸਾਨੂੰ ਉਹਦਾ ਲਾਭ ਉਠਾਉਣਾ ਚਾਹੀਦਾ. ਅੱਗੇ ਤੋਂ ਜਿਹੜੀਆਂ ਇਹੋ ਜਿਹੀਆਂ ਮਿਸ ਹੈਪਨਿੰਗ ਹੁੰਦੀਆਂ ਹੈ ਉਹ ਨਾ ਹੋਣ, ਸਾਨੂੰ ਕੋਪ ਅਪ ਕਰਨਾ ਚਾਹੀਦਾ. ਜਿਹੜਾ ਸਟ੍ਰੈਸ ਲੈਵਲ ਆ, ਮੈਂਟਲ ਹੈਲਥ ਜਿਹੜੀ ਸਾਡੀ ਕਈ ਵਾਰੀ ਵਿਗੜ ਜਾਂਦੀ, ਉਹਦੇ ਵਾਸਤੇ ਵੀ ਜਿਹੜੀਆਂ ਕਲਾਸਿਸ ਕੈਨੇਡੀਅਨ ਗੌਰਮੈਂਟ ਦਿੰਦੀ ਹੈ. ਬਾਕੀ ਜਿਹੜੇ ਇਸ਼ੂਜ਼ ਦੀ ਗੱਲ ਆ, ਉਹ ਤੁਸੀਂ ਸਿੱਧਾ ਇਹਨਾਂ ਦੇ ਆਫਿਸ ਦੇ ਵਿੱਚ, ਜੇ ਤੁਹਾਨੂੰ ਕੋਈ ਕੋਈ ਪ੍ਰੋਬਲਮ ਹੈ, ਕੋਈ ਸਮੱਸਿਆ, ਤੁਸੀਂ ਹਰਿੰਦਰ ਬੱਲੀ ਉਹਨਾਂ ਦੇ ਆਫਿਸ ਕਰਕੇ ਇਹਨਾਂ ਦੀਆਂ ਜਿਹੜੀਆਂ ਉਹ ਸੇਵਾਵਾਂ ਲੈ ਸਕਦੇ ਹੋ. ਸੋ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਮੁਲਾਕਾਤ ਹਰਿੰਦਰ ਬੱਲੀ ਉਹਨਾਂ ਦੇ ਨਾਲ ਕਰਾਂਗੇ, ਅਤੇ ਹੋਰ ਜਿਹੜੇ ਸਵਾਲ ਜਵਾਬ ਜਿਹੜੇ ਰਹਿ ਗਏ ਨੇ ਉਹਨਾਂ ਕੋਲ ਜਾਣਾਂਗੇ. ਹੁਣ ਪ੍ਰੋਗਰਾਮ ਦਾ ਸਮਾਂ ਸਮਾਪਤ, ਤੁਸੀਂ ਮੈਨੂੰ ਦਿਓ ਇਜਾਜ਼ਤ, ਔਰ ਵੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ.
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।